ਗਲੀਆਂ 'ਚ ਘੁੰਮਦੇ ਬਾਬਿਆਂ ਤੋਂ ਜ਼ਰਾ ਸਾਵਧਾਨ। ਜੋ ਕੋਈ ਵੀ ਲਾਲਚ ਦੇ ਕੇ ਤੁਹਾਨੂੰ ਲੁੱਟ ਕੇ ਲੈ ਜਾਂਦੇ ਨੇ ਤੇ ਤੁਹਾਨੂੰ ਪਤਾ ਵੀ ਨਹੀਂ ਲੱਗਦਾ। ਅਜਿਹੇ ਕੁਝ ਇਸ ਬੀਬੀ ਦੇ ਨਾਲ ਵੀ ਹੋਇਆ, ਜੋ ਕਿ ਇਸ ਠੱਗ ਬਾਬੇ ਦੇ ਝਾਂਸੇ 'ਚ ਆ ਗਈ ਅਤੇ ਆਪਣੇ ਸਾਰੇ ਸੋਨੇ ਦੇ ਗਹਿਣੇ ਲਾ ਕੇ ਬਾਬੇ ਨੂੰ ਦੇ ਦਿੱਤੇ ਤੇ ਬਦਲੇ 'ਚ ਕੀ ਮਿਲਿਆ? ਸਿਰਫ ਵੱਟੇ। ਜੀ ਹਾਂ, ਇਹ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਬੀਬੀ ਇੱਕ ਠੱਗ ਬਾਬੇ ਦੇ ਝਾਂਸੇ 'ਚ ਆ ਗਈ। ਮੰਦਿਰ ਦੀ ਬੈਕ ਸਾਈਡ ਤੇ ਖੜੇ ਇਸ ਬਾਬੇ ਦੇ ਕੋਲ ਆ ਕੇ ਖੜ ਗਈ ਤੇ ਫਿਰ ਬਾਬੇ ਨੇ ਲਾਲਚ ਦਿੱਤਾ ਕਿ ਉਹਦੇ ਗਹਿਣੇ ਦੁੱਗਣੇ ਹੋ ਜਾਣਗੇ, ਜਿਸ ਲਈ ਉਸ ਬੀਬੀ ਨੇ ਆਪਣੇ ਸਾਰੇ ਗਹਿਣੇ ਲਾ ਕੇ ਇਸ ਬਾਬੇ ਨੂੰ ਦੇ ਦਿੱਤੇ। ਇੰਨਾ ਹੀ ਨਹੀਂ, ਲੋਕਾਂ ਦਾ ਇਸ ਕਦਰ ਵਿਸ਼ਵਾਸ ਇਸ ਬਾਬੇ 'ਚ ਕਿ ਲੰਘਦੇ ਵੜਦੇ ਲੋਕ ਵੀ ਇਸ ਬਾਬੇ ਨੂੰ ਮੱਥਾ ਟੇਕ ਕੇ ਨਿਕਲ ਰਹੇ ਨੇ। ਸੀਸੀਟੀਵੀ ਵੀਡੀਓ ਦੇ ਵਿੱਚ ਇਸ ਸਾਰੀ ਵਾਰਦਾਤ ਕੈਦ ਹੋਈ ਹੈ, ਜਿਸ ਦੇ ਵਿੱਚ ਨਜ਼ਰ ਆਇਆ ਹੈ ਕਿ ਅੱਗੇ ਅੱਗੇ ਇੱਕ ਬਾਬਾ ਚੱਲ ਰਿਹਾ ਹੈ ਤੇ ਉਸਦੇ ਪਿੱਛੇ ਹੀ ਇੱਕ ਬੀਬੀ ਤੁਰੀ ਆ ਰਹੀ ਹੈ। ਇੱਕ ਕੰਧ ਦੇ ਕੋਲ ਆ ਕੇ ਇਹ ਬਾਬਾ ਖੜਾ ਹੋ ਜਾਂਦਾ ਹੈ ਤੇ ਉਸਦੇ ਨਾਲ ਬੀਬੀ ਵੀ ਖੜ ਜਾਂਦੀ ਹੈ ਅਤੇ ਫਿਰ ਇਹ ਬਾਬਾ ਉਸਨੂੰ ਆਪਣੀਆਂ ਗੱਲਾਂ ਦੇ ਵਿੱਚ ਲੈਣ ਲੱਗਦਾ ਹੈ, ਜਿਸ ਤੋਂ ਬਾਅਦ ਇੱਕ ਹੋਰ ਮੋਟਰਸਾਈਕਲ ਤੇ ਸਵਾਰ ਹੋ ਕੇ ਪਿੱਛੇ ਬੈਠੀ ਬੀਬੀ ਇਸ ਬਾਬੇ ਨੂੰ ਮੱਥਾ ਟੇਕਦੀ ਹੈ। ਉੱਤਰ ਕੇ ਉਹ ਵੀ ਕੋਲ ਖੜ ਜਾਂਦੀ ਹੈ ਤੇ ਬਾਈਕ ਚਾਲਕ ਵਾਪਸ ਬਾਈਕ ਮੋੜ ਕੇ ਉਸ ਬੀਬੀ ਦੇ ਨਾਲ ਖੜ ਜਾਂਦਾ ਹੈ। ਕੁਝ ਦੇਰ ਬਾਅਦ ਹੀ ਇਹ ਬਾਈਕ ਚਾਲਕ ਬਾਬੇ ਤੋਂ ਤੇ ਬੀਬੀਆਂ ਤੋਂ ਥੋੜੀ ਅੱਗੇ ਜਾ ਕੇ ਖੜ ਜਾਂਦਾ ਹੈ। ਇਸੇ ਵਿਚਾਲੇ ਹੀ ਇਹ ਬਾਬਾ ਉਸ ਔਰਤ ਦੇ ਗਹਿਣੇ ਉਤਰਵਾਉਂਦਾ ਹੈ, ਇੱਕ ਗੱਠੜੀ 'ਚ ਬੰਨਦਾ ਹੈ ਤੇ ਫਿਰ ਤੁਰ ਪੈਂਦਾ ਹੈ। ਜਦੋਂ ਬੀਬੀ ਕਹਿੰਦੀ ਹੈ ਕਿ ਮੇਰੇ ਗਹਿਣੇ ਵਾਪਸ ਕਰੋ ਤਾਂ ਫਿਰ ਇਹ ਬਾਬਾ ਇੱਕ ਪੋਟਲੀ ਉਸਨੂੰ ਵਾਪਸ ਦਿੰਦਾ ਹੈ ਤੇ ਉੱਥੋਂ ਚਲਾ ਜਾਂਦਾ ਹੈ। ਜਦੋਂ ਬੀਬੀ ਪੋਟਲੀ ਖੋਲ੍ਹ ਕੇ ਦੇਖਦੀ ਹੈ ਤਾਂ ਉਸਦੇ ਵਿੱਚ ਗਹਿਣੇ ਨਹੀਂ ਬਲਕਿ ਵੱਟੇ ਸੀਗੇ, ਜਿਸਨੂੰ ਦੇਖ ਕੇ ਉਸਦੇ ਹੋਸ਼ ਉੱਡ ਜਾਂਦੇ ਨੇ, ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ। ਦਰਅਸਲ ਇਹ ਬੀਬੀ ਵੀ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਆਈ ਹੋਈ ਸੀ ਤੇ ਜਿਸਨੂੰ ਦੱਸ ਪਾਈ ਸੀ ਕਿ ਇਹ ਬਾਬਾ ਚਮਤਕਾਰੀ ਹੈ, ਤਾਂ ਇਹ ਉਸ ਬਾਬੇ ਦੇ ਕੋਲ ਖੜ ਜਾਂਦੀ ਹੈ। ਬਾਬਾ ਵੀ ਇਸ ਬੀਬੀ ਨੂੰ ਗੱਲਾਂ 'ਚ ਲੈ ਲੈਂਦਾ ਹੈ, ਝਾਂਸਾ ਦੇ ਕੇ ਉਸਦੇ ਸਾਰੇ ਗਹਿਣੇ ਜੋ ਕਿ ਸੋਨੇ ਦੇ ਦਸਤੇ ਜਾ ਰਹੇ ਨੇ ਉਤਰਵਾ ਲਏ ਜਾਂਦੇ ਨੇ ਤੇ ਫਿਰ ਬਦਲੇ 'ਚ ਵੱਟੇ ਦੇ ਕੇ ਉੱਥੋਂ ਫਰਾਰ ਹੋ ਜਾਂਦਾ ਹੈ। ਇਹ ਮਾਮਲਾ ਕਪੂਰਥਲਾ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਪਿੰਡ ਤੋਂ ਇੱਕ ਬੀਬੀ ਆਪਣੇ ਰਿਸ਼ਤੇਦਾਰਾਂ ਦੇ ਘਰ ਕਿਸੇ ਦੀ ਕਿਰਿਆ 'ਤੇ ਆਈ ਸੀ ਤੇ ਇਸੇ ਵਿਚਾਲੇ ਹੀ ਗਲੀ 'ਚੋਂ ਲੰਘਦਿਆਂ ਇੱਕ ਬਾਬਾ ਉਸਨੂੰ ਟੱਕਰ ਗਿਆ ਤੇ ਫਿਰ ਬਾਬੇ ਨੇ ਅਜਿਹਾ ਝਾਂਸੇ 'ਚ ਲਿਆ ਕਿ ਉਸਦੇ ਸਾਰੇ ਸੋਨੇ ਦੇ ਗਹਿਣੇ ਲੈ ਕੇ ਤੇ ਬਦਲੇ 'ਚ ਉਸਨੂੰ ਵੱਟੇ ਦੇ ਕੇ ਉੱਥੋਂ ਫਰਾਰ ਹੋ ਗਿਆ। ਫਿਲਹਾਲ ਇਸ ਬੀਬੀ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਤੇ ਪੁਲਿਸ ਵੀ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਇਸ ਬਾਬੇ ਦੀ ਤਲਾਸ਼ ਕਰ ਰਹੀ ਹੈ। ਨਾਲ ਹੀ ਅਪੀਲ ਕੀਤੀ ਜਾ ਰਹੀ ਹੈ ਕਿ ਅਜਿਹੇ ਠੱਗ ਬਾਬਿਆਂ ਦੇ ਝਾਂਸੇ 'ਚ ਨਾ ਆਇਆ ਜਾਵੇ ਤੇ ਨਾ ਹੀ ਲਾਲਚ ਕੀਤਾ ਜਾਵੇ। ਬਸ ਮੈਨੂੰ ਇੱਦਾਂ ਹੀ ਪੁੱਛ ਲਿਆ, ਸੋਨਾ ਲਵਾ ਲਿਆ, ਮੇਰਾ ਚੈਨੀ ਲਵਾ ਲਈ, ਕਾਂਟੇ ਲਵਾ ਲਏ, ਦੋ ਮੁੰਦੀਆਂ ਲਵਾ ਲਈਆਂ, ਘੜੀ ਲਵਾ ਲਈ। ਕਿੱਥੇ, ਕਿਹੜੀ ਜਗ੍ਹਾ? ਆਪਣੇ ਇੱਥੇ ਹਨੂੰਮਾਨ ਦੇ ਮੰਦਿਰ ਲੱਗੇ। ਜਿਨ੍ਹਾਂ ਨੇ ਤੁਹਾਡਾ ਸਮਾਨ ਲਵਾਇਆ ਤੁਸੀਂ ਉਹਨਾਂ ਨੂੰ ਜਾਣਦੇ ਕੌਣ ਸੀ? ਨਾਲ ਮੈਂ ਨਹੀਂ ਜਾਣਦੀ, ਪਰ ਪਛਾਣਦੀ ਹਾਂ ਉਹਨਾਂ ਨੂੰ। ਸਮਾਨ ਤੁਹਾਡੇ ਕੋਲ ਕੀ ਲਵਾਇਆ ਉਹਨਾਂ ਨੇ? ਕਾਂਟੇ, ਚੈਨੀ, ਦੋ ਮੁੰਦੀਆਂ। ਕਿੰਨੇ ਕੁ ਦਾ ਸਮਾਨ ਹੋਣਾ? ਮੈਂ ਕਿਹਾ 2.5 ਤੋਲੇ। 2.5 ਲੱਖ ਦਾ? 2.5-3 ਢਾਈ ਤੋਲੇ ਦਾ ਸੀਗਾ। ਕਿੱਥੇ ਦੇ ਰਹਿਣ ਵਾਲੇ ਹੋ? ਮੱਸੀਆਂ। ਮੱਸੀਆਂ ਦੇ? ਇੱਥੇ ਕਪੂਰਥਲੇ ਕਿੱਦਾਂ ਤੁਹਾਡੇ ਰਿਸ਼ਤੇ ਦੇ? ਮੈਂ ਕਿਰਿਆ 'ਤੇ ਆਈ ਸੀ, ਭੂਆ ਦਿੱਤੇ। ਅੱਛਾ, ਇੱਥੇ ਕਿਰਿਆ ਆਈ ਸੀ। ਨਾਮ, ਆਪਣੇ ਨਾਮ ਦੱਸ ਦਿਓ। ਠੀਕ ਹੈ। ਸੱਭਰ ਵਾਲੀਆਂ ਦੇ ਕਿਰਿਆ 'ਤੇ? ਸੱਭਰਵਾਲ, ਸੱਭਰ ਵਾਲੀਆਂ ਦੇ, ਅਸ਼ਨੀ ਕੁਮਾਰ ਸੱਭਰ ਵਾਲੀਆਂ ਦੇ। ਅੱਛਾ, ਉਹਨਾਂ ਦੀ ਮਿਸਰੀ ਦੀ ਕਿਰਿਆ ਸੀ, ਸਾਡੇ ਭੂਆ ਜੀ ਸੀ। ਅੱਛਾ, ਠੀਕ ਆ। ਹੁਣ ਤੁਸੀਂ ਆਪਣੀ ਇਸ ਸੰਬੰਧ ਪੁਲਿਸ ਕੰਪਲੇਂਟ ਵਗੈਰਾ ਕੀਤੀ ਆ? ਹਾਂਜੀ, ਦਰਖਾਸਤ ਲਿਖਾਇਆ ਜੀ। ਅੱਛਾ, ਅਤੇ ਹੁਣ ਤਾਂ ਕਾਨੂੰਨ ਤੁਹਾਡੀ ਕੀ ਮੰਗ ਆ ਪ੍ਰਸ਼ਾਸਨ? ਅਸੀਂ ਤਾਂ ਆਪਣਾ ਆਪਣੇ ਮੰਗਦੇ ਪਏ ਹਾਂ, ਸਾਡਾ ਸਾਨੂੰ ਇਨਸਾਫ ਮਿਲਣਾ ਚਾਹੀਦਾ। ਤੁਸੀਂ ਆਂਟੀ ਜੀ ਦਾ ਪਤਾ ਲੱਗਾ ਤੁਸੀਂ ਬਾਬੇ 'ਤੇ ਵਿਸ਼ਵਾਸ ਕੀਤਾ ਸੀਗਾ ਜਿਹੜਾ? ਭਰਾਵਾ, ਮੈਨੂੰ ਕੁੜੀ ਮੁੰਡੇ ਨੂੰ ਉਚਲ ਕੇ ਲੈ ਲਿਆ, ਮੈਂ ਤਾਂ ਵਿਸ਼ਵਾਸ ਕਿੱਥੇ ਕਰਦੀ ਇਹਨਾਂ 'ਤੇ, ਪਰ ਪਤਾ ਨਹੀਂ ਕਿੱਦਾਂ ਹੋ ਗਿਆ। ਕਿੰਨੇ ਜਾਣੇ ਸੀ ਜਿਹਨੇ ਤੁਹਾਡੇ ਕੋਲ ਸਮਾਨ ਲਾਇਆ? ਬਾਬੇ ਨੇ ਇੱਕੋ ਲਵਾਇਆ, ਦੋ ਜਣੇ ਨਾਲ ਸੀ, ਕੁੜੀ ਮੁੰਡਾ। ਕੁੜੀ ਮੁੰਡਾ ਨਾਲ ਸੀ।
ਕੁੜੀ ਨੇ ਲਾਏ ਮੇਰੇ ਚੈਨ ਵੀ ਕੁੜੀ ਨੇ ਲਾਈ ਪਿੱਛੋਂ ਖੋਲ ਕੇ। ਤੁਸੀਂ ਇਹ ਕਦੇ ਬੰਦੇ ਪਹਿਲੇ ਦੇਖੇ ਇੱਥੇ? ਨਾ ਨਾ ਮੈਂ ਨਹੀਂ ਦੇਖੇ, ਪਹਿਲੀ ਵਾਰ ਦੇਖੇ।